ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਕਾਫੀ ਬੱਚਿਆਂ ਦਾ ਮੈਸੇਜ ਆਉਂਦਾ ਸੀ, ਕਾਫੀ ਬੱਚਿਆਂ ਦਾ ਕੁਐਸਚਨ ਆਉਂਦਾ ਪਿਆ ਸੀਗਾ ਵੀ ਸਰ ਸਾਡੀ ਸਕੋਰਿੰਗ ਆ ਜਿਹੜੀ ਲਿਸਨਿੰਗ ਚੋਂ ਨਹੀਂ ਆ ਪਾਉਂਦੀਗੀ, ਲਿਸਨਿੰਗ ਤੇ ਫੋਕਸ ਬੜਾ ਕਰਦਾ, ਲਿਸਨਿੰਗ ਤੇ ਜ਼ੋਰ ਬੜਾ ਲਾਉਂਦੇ ਆ, ਫਿਰ ਵੀ ਲਿਸਨਿੰਗ ਜਿਹੜੀ ਆ ਉਹ ਐਗਜ਼ਾਮ ਦੇ ਵਿੱਚੋਂ ਫਿਰ ਵੀ ਘੱਟ ਰਹਿ ਜਾਂਦੀ ਆ। ਕਾਰਨ ਦੱਸ ਦਿਓ, ਰੀਜ਼ਨ ਦੱਸ ਦਿਓ। ਦੇਖੋ ਨਾ ਜਿਹੜੀ ਸਿੰਪਲ ਜੀ ਗੱਲ ਆ, ਜਿਹੜੇ ਤੁਸੀਂ ਕਹਿੰਦੇ ਪਏ ਆ ਵੀ ਲਿਸਨਿੰਗ ਡਾਊਨ ਆ, ਤੇ ਲਿਸਨਿੰਗ ਦੀ ਪ੍ਰੈਕਟਿਸ ਕਰਕੇ ਲਿਸਨਿੰਗ ਨੂੰ ਆਪਾਂ ਕਦੇ ਵੀ ਨਹੀਂ ਕਰ ਸਕਦੇ ਕਿ ਲਿਸਨਿੰਗ ਨੂੰ ਬਹੁਤ ਹੀ ਜ਼ਿਆਦਾ ਬੜਾ ਕੁਝ ਨੰਬਰ ਦੇਣ ਵਾਲੀਆਂ ਦੋ ਚੀਜ਼ਾਂ। ਸਭ ਤੋਂ ਪਹਿਲਾਂ ਤੁਹਾਡੇ ਰਿਪੀਟ ਸੈਂਟੈਂਸ ਦਾ ਕੰਟੈਂਟ ਤੇ ਦੂਸਰੀ ਚੀਜ਼ ਤੁਹਾਡੇ ਰੀਟਾ ਲੈਕਚਰ ਦਾ ਕੰਟੈਂਟ। ਮੈਨੂੰ ਆਮ ਤੌਰ ਤੇ ਡੇਲੀ ਬੱਚਿਆਂ ਦੇ ਫੋਨ ਵੀ ਬਹੁਤ ਆਉਂਦੇ ਆ, ਇਹੀ ਉਹਨਾਂ ਦਾ ਕੁਐਸਚਨ ਹੁੰਦਾ ਵੀ ਸਾਡੀ ਲਿਸਨਿੰਗ ਚੋਂ ਨੰਬਰ ਨਹੀਂ ਆ ਰਹੇ, ਲਿਸਨਿੰਗ ਚੋਂ ਨੰਬਰ ਨਹੀਂ ਆ ਰਹੇ। ਅੱਜ ਦੇ ਟਾਈਮ ਦੇ ਵਿੱਚ ਲਿਸਨਿੰਗ ਮੁੱਦਾ ਵੀ ਬੜਾ ਬਣਿਆ ਹੋਇਆ ਵਾ ਵੀ ਲਿਸਨਿੰਗ ਦਾ ਟਾਈਮ ਮੈਨੇਜਮੈਂਟ ਵਿੱਚ ਪ੍ਰੋਬਲਮ ਆ ਤੇ ਲਿਸਨਿੰਗ 'ਚ ਸਕੋਰ ਨਹੀਂ ਆਉਂਦੀ। ਬਟ ਜਿਹੜੀ ਸੱਚਾਈ ਆ, ਰਿਐਲਿਟੀ ਆ, ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਬੱਚਿਆਂ ਦੇ ਸਕੋਰ ਜਿਹੜੇ ਆ ਉਹ ਲਿਸਨਿੰਗ ਦੇ ਵਿੱਚ ਆ ਨਹੀਂ ਪਾਉਂਦੇ ਗੇ। 30 ਮਾਰਕਸ ਤੁਹਾਡੇ ਰਿਪੀਟ ਸੈਂਟੈਂਸ ਤੁਹਾਡੀ ਲਿਸਨਿੰਗ ਨੂੰ ਦੇ ਦਿੰਦੇ ਆ ਤੇ 10-5 ਮਾਰਕਸ ਜਿਹੜਾ ਵਾ ਉਹ ਰੀਟਾ ਲੈਕਚਰ ਤੁਹਾਡੀ ਲਿਸਨਿੰਗ ਨੂੰ ਦੇ ਦਿੰਦਾ ਵਾ। ਸੋ ਰੀਟਾ ਲੈਕਚਰ ਦਾ ਕੰਟੈਂਟ ਤੇ ਰਿਪੀਟ ਸੈਂਟੈਂਸ ਦੇ ਕੰਟੈਂਟ ਤੇ ਵਰਕ ਕਰੋ। ਜਿਹੜੇ ਬੱਚੇ ਕਹਿੰਦੇ ਆ ਵੀ ਰਿਪੀਟ ਸੈਂਟੈਂਸ ਦਾ ਕੰਟੈਂਟ ਚੱਕਿਆ ਨਹੀਂ ਜਾਂਦਾ ਈਜ਼ੀਲੀ, ਰਿਪੀਟ ਸੈਂਟੈਂਸ ਦੇ ਕੰਟੈਂਟ ਨੂੰ ਕਿਵੇਂ ਇੰਪਰੂਵ ਕਰੀਏ? ਦੇਖੋ ਜੀ, ਰਿਪੀਟ ਸੈਂਟੈਂਸ ਦੇ ਕੰਟੈਂਟ ਨੂੰ ਇੰਪਰੂਵ ਕਰਨ ਵਾਸਤੇ ਜੇ ਪਹਿਲਾਂ ਸਾਰੇ ਕੰਟੈਂਟ ਦੇ ਪਿੱਛੇ ਭੱਜੋਗੇ ਤਾਂ ਨਹੀਂ ਚੱਕਿਆ ਜਾਣਾਗਾ, ਠੀਕ ਆ। ਰਿਪੀਟ ਸੈਂਟੈਂਸ ਦੇ ਕੰਟੈਂਟ ਨੂੰ ਪਹਿਲਾਂ ਤੁਸੀਂ ਫੋਲੋ ਕਰਨਾ ਵਾ। ਜਸਟ ਫੋਰ ਐਗਜ਼ਾਮਪਲ, ਪਹਿਲਾਂ ਟਾਰਗੇਟ ਰੱਖੋ ਵੀ 3-4 ਵਰਡਾਂ ਚੱਕਣੇ ਆ, ਫਿਰ ਉਹ ਟਾਰਗੇਟ ਨੂੰ 3-4 ਦਿਨ ਫੋਲੋ ਕਰੋ, ਫਿਰ 3-4 ਦਿਨ ਬਾਅਦ ਟਾਰਗੇਟ ਨੂੰ ਵਧਾ ਕੇ ਵਰਡ 2-3 ਵਧਾ ਕੇ ਇੱਦਾਂ ਹੌਲੀ 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 ਕੰਟੈਂਟ ਨੂੰ ਵਧੂਗਾ। ਜੇ ਕਹੋਗੇ ਵੀ ਪਹਿਲੇ ਦਿਨ ਹੀ ਸਾਰਾ ਕੰਟੈਂਟ ਚੱਕ ਲਈਏ, ਪਹਿਲੇ ਦਿਨ ਹੀ ਸਾਡੇ ਕੰਟੈਂਟ ਰਿਪੀਟ ਸੈਂਟੈਂਸ ਦਾ ਪੂਰਾ ਆ ਜੇ, ਇਹ ਚੀਜ਼ ਬਿਲਕੁਲ ਨਹੀਂ ਹੋਣ ਵਾਲੀ ਗੀ। ਸੋ ਪਲੀਜ਼ ਇਹ ਚੀਜ਼ ਤੇ ਫੋਕਸ ਕਰਿਓ। ਤੇ ਐਗਜ਼ਾਮ ਦੇ ਵਿੱਚ ਮੈਨੂੰ ਬਹੁਤ ਸਾਰੇ ਬੱਚੇ ਇਹ ਚੀਜ਼ ਪੁੱਛ ਲੈਂਦੇ ਆ ਵੀ ਰੀਟਾ ਲੈਕਚਰ ਦੇ ਵਿੱਚ ਜੇਕਰ ਤੁਹਾਨੂੰ ਆਡੀਓ ਨਿੱਕੀ ਆ ਗਈ। ਮੈਂ ਕਹਿੰਦਾ ਵੀ ਜੇਕਰ ਆਡੀਓ ਨਿੱਕੀ ਆ ਗਈ ਨਹੀਂ, ਤੁਹਾਨੂੰ ਆਉਣੀ ਹੀ ਨਿੱਕੀ ਆਡੀਓ ਆ, ਕਿਉਂਕਿ 100-90% ਬੱਚਿਆਂ ਨੂੰ 30-35 ਸੈਕਿੰਡ ਦੀ ਆਡੀਓ ਰੀਟਾ ਲੈਕਚਰ ਦੇ ਐਗਜ਼ਾਮ 'ਚ ਆਉਂਦੀ ਪਈ ਆ। ਸੋ ਰੀਟਾ ਲੈਕਚਰ ਦੇ ਵਿੱਚ ਪਹਿਲਾਂ ਉਹਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਓ ਵੀ ਅਸੀਂ 30 ਸੈਕਿੰਡ ਦੀ ਆਡੀਓ ਦੇ ਵਿੱਚ ਘੱਟੋ ਘੱਟ ਸਾਡੇ ਕੋਲ 10+ ਕੀਵਰਡ ਤਾਂ ਹੋਣੀ ਹੋਣਾ, ਘੱਟ ਤੋਂ ਘੱਟ 10-10+ ਕੀਵਰਡਸ ਹੋਣੇ ਚਾਹੀਦੇ ਆ, ਫਿਰ ਤੁਸੀਂ ਜਾ ਕੇ ਆਪਦਾ ਜਿਹੜਾ ਕੰਟੈਂਟ ਆ ਉਹਨੂੰ ਵਧੀਆ ਬੋਲ ਸਕਦੇ ਹੋ। ਤੇ ਰੀਟਾ ਲੈਕਚਰ ਦੀ ਲਿਮਿਟ ਆ ਵੀ ਘੱਟ ਤੋਂ ਘੱਟ ਰੀਟਾ ਲੈਕਚਰ 30 ਸੈਕਿੰਡ ਦਾ ਹੋਣਾ ਚਾਹੀਦਾ ਵਾ। ਜਿਹੜਾ ਬੱਚਾ 30 ਸੈਕਿੰਡ ਤੋਂ ਘੱਟ ਦਾ ਰੀਟਾ ਲੈਕਚਰ ਬੋਲਦਾ ਵਾ ਉਹਦਾ ਕੰਟੈਂਟ ਕਦੇ ਪੂਰਾ ਨਹੀਂ ਆਊਗਾ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਸੋ ਇਹ ਦੋ ਚੀਜ਼ਾਂ ਨੂੰ ਇੰਪਰੂਵ ਕਰ ਲਓ, ਇਹ ਦੋ ਚੀਜ਼ਾਂ ਨਾਲ ਤੁਹਾਡੀ ਲਿਸਨਿੰਗ ਆ ਜਿਹੜੀ ਉਹ ਇੱਕ ਨੈਕਸਟ ਲੈਵਲ ਤੇ ਪਹੁੰਚ ਜਾਊਗੀ। ਜੇ ਕੋਈ ਵੀ ਲਿਸਨਿੰਗ ਦੇ ਵਿੱਚੋਂ ਪ੍ਰੋਬਲਮ ਆਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਆਪਾਂ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਦਾਂ ਦੀਆਂ ਮਜ਼ੇਦਾਰ ਵੀਡੀਓਜ਼ ਦੇਖਣ ਵਾਸਤੇ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਆਨ ਕਰ ਲਓ। ਅਸੀਂ ਬਹੁਤ ਇਦਾਂ ਦੀਆਂ ਵੀਡੀਓਜ਼ ਡਿਫਰੈਂਟ ਟੌਪਿਕਸ ਤੇ ਲੈ ਕੇ ਆਉਂਦੇ ਰਹਿੰਦੇ ਆ, ਠੀਕ ਆ ਜੀ। ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ, ਤੁਸੀਂ ਉਹ ਨੰਬਰ ਤੇ ਵਟਸਐਪ ਕਰਕੇ, ਵਟਸਐਪ ਤੇ ਕਾਲ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ, ਠੀਕ ਆ ਜੀ। ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਆ ਜੀ। ਨੋਟੀਫਿਕੇਸ਼ਨ ਬੈਲ ਨੂੰ ਆਨ ਕਰ ਲਓ ਤੇ ਇਦਾਂ ਦੀਆਂ ਵੀਡੀਓਜ਼ ਅਸੀਂ ਡੇਲੀ ਲੈ ਕੇ ਆਉਂਦੇ ਰਹਿੰਦੇ ਆ। ਅਗਲੀ ਵੀਡੀਓ ਜਲਦੀ ਤੁਹਾਡੇ ਵਾਸਤੇ। ਥੈਂਕ ਯੂ ਸੋ ਮਚ।